ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਮਿਕਸ ਪੰਜਾਬੀ ਚੈਨਲ ਤੇ। ਅੱਜ ਆਪਾਂ ਬਣਾਵਾਂਗੇ ਪਨੀਰ ਤੇ ਹਰੇ ਛੋਲੀਏ ਦੀ ਸਬਜ਼ੀ। ਆਪਾਂ ਹਰਾ ਛੋਲੀਆ ਕੱਢ ਕੇ ਰੱਖ ਲਿਆ, ਚੰਗੀ ਤਰ੍ਹਾਂ ਸਾਫ਼ ਕਰ ਲਿਆ। ਪਨੀਰ ਆਪਾਂ ਕੱਟ ਕੇ ਰੱਖ ਲਿਆ ਛੋਟੇ ਛੋਟੇ ਪੀਸ, ਤੇ ਇੱਧਰ ਆਪਾਂ ਕੁੰਡੇ ਦੇ ਵਿੱਚ ਲਸਣ, ਪਿਆਜ਼, ਅਦਰਕ, ਹਰੀਆਂ ਮਿਰਚਾਂ ਨੂੰ ਕੁੱਟਾਂਗੇ। ਆਪਾਂ ਕੁੱਟ ਕੇ ਮਸਾਲਾ ਤਿਆਰ ਕਰਾਂਗੇ। ਕੁੰਡੇ ਦੇ ਵਿੱਚ ਕੁੱਟਣ ਨਾਲ ਆਪਣੀ ਸਬਜ਼ੀ ਹੈ ਜਿਹੜੀ ਬਹੁਤ ਹੀ ਵਧੀਆ ਬਣਦੀ ਹੈ, ਬਹੁਤ ਹੀ ਟੇਸਟੀ ਬਣਦੀ ਹੈ। ਲਓ ਜੀ, ਆਪਾਂ ਪਿਆਜ਼ ਲਸਣ ਵਗੈਰਾ ਸਾਰਾ ਕੁਛ ਕੁੱਟ ਲਿਆ ਕੁੰਡੇ ਦੇ ਵਿੱਚ। ਹੁਣ ਆਪਾਂ ਇੱਧਰ ਕੜਾਹੀ ਰੱਖ ਲਈਆ, ਅਤੇ ਆਪਾਂ ਤੜਕਾ ਲਾਉਣੇ। ਸਰ੍ਹੋਂ ਦਾ ਤੇਲ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ। ਤੇਲ ਗਰਮ ਹੋ ਗਿਆ, ਆਪਾਂ ਇੱਕ ਚਮਚਾ ਦੇ ਜੀਰਾ ਪਾਵਾਂਗੇ। ਜੀਰਾ ਭੁੱਜ ਗਿਆ, ਹੁਣ ਆਪਾਂ ਜਿਹੜਾ ਕੁੱਟਿਆ ਸੀਗਾ ਪਿਆਜ਼ ਵਗੈਰਾ ਸਭ ਕੁਛ ਇਹ ਪਾ ਦਿੰਦੇ ਹਾਂ। ਮੁੰਡੇ 'ਚ ਕੁੱਟ ਕੇ ਆਪਾਂ ਸਬਜ਼ੀ ਬਣਾਉਣੀ ਹੈ, ਵਧੀਆ ਬਣਦੀ ਹੈ, ਟੇਸਟ ਵਧੀਆ ਹੁੰਦਾ। ਜਿਹੜੀ ਤਰੀ ਵਾਲੀ ਸਬਜ਼ੀ ਹੈ ਬਹੁਤ ਹੀ ਜ਼ਿਆਦਾ ਵਧੀਆ ਬਣਦੀ। ਲਓ ਜੀ, ਪਿਆਜ਼ ਲਸਣ ਭੁੱਜ ਗਿਆ ਆਪਣਾ। ਹੁਣ ਆਪਾਂ ਟਮਾਟਰ ਪਾ ਦਿੰਦੇ ਹਾਂ, ਬਰੀਕ ਕੱਟ ਕੇ ਰੱਖਦੇ ਸੀ ਟਮਾਟਰ ਨੂੰ। ਟਮਾਟਰ ਪਾ ਕੇ ਜੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਲਓ ਜੀ, ਟਮਾਟਰ ਵੀ ਪੱਕ ਗਏ ਆਪਣੇ, ਚੰਗੀ ਤਰ੍ਹਾਂ ਭੁੱਜ ਚੁੱਕੇ ਹੈ ਜੀ। ਅਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ, ਹਲਦੀ, ਲੂਣ ਮਿਰਚ ਪਾ ਦਿੰਦੇ ਹਾਂ। ਅੱਧਾ ਚਮਚਾ ਮੈਂ ਹਲਦੀ ਦਾ ਪਾਵਾਂਗੀ, ਥੋੜ੍ਹੀ ਜਿਹੀ ਲਾਲ ਮਿਰਚ ਪਾਵਾਂਗੇ। ਪਹਿਲਾਂ ਆਪਾਂ ਹਰੀਆਂ ਮਿਰਚਾਂ ਦੋ ਤਿੰਨ ਪਾ ਚੁੱਕੇ ਹਾਂ। ਇੱਕ ਚਮਚਾ ਮੈਂ ਲੂਣ ਦਾ ਪਾਵਾਂਗੀ, ਇੱਕ ਚਮਚਾ ਆਪਾਂ ਧਨੀਆ ਪਾਊਡਰ ਦਾ ਪਾਵਾਂਗੇ। ਲਓ ਜੀ, ਮਸਾਲਾ ਪਾ ਕੇ ਵੀ ਆਪਾਂ ਭੁੰਨ ਲਿਆ, ਅਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਿੰਦੇ ਹਾਂ।
ਲਓ ਜੀ 10 ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਹੀ ਰਿੱਝਣ ਦਿਆਂਗੇ ਚੰਗੀ ਤਰ੍ਹਾਂ ਜਦੋਂ ਆਪਣਾ ਮਸਾਲਾ ਰਿੱਝ ਗਿਆ। ਉਸ ਤੋਂ ਬਾਅਦ ਆਪਾਂ ਪਾਵਾਂਗੇ ਛੋਲੀਆ ਅਤੇ ਪਨੀਰ। ਪਹਿਲਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਰਿੰਨ ਲੈਂਦੇ ਹਾਂ। ਲਓ ਜੀ 7-8 ਮਿੰਟ ਹੋ ਗਏ ਇਹਨੂੰ ਰਿੱਝੀ ਜਾਂਦੇ ਨੂੰ, ਅਤੇ ਹੁਣ ਆਪਾਂ ਇਹਦੇ ਵਿੱਚ ਛੋਲੀਆ ਪਾ ਦਿੰਦੇ ਹਾਂ। ਛੋਲੀਆ ਕੱਢ ਕੇ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ। ਛੋਲੀਆ ਪਾ ਕੇ ਪਕਾਵਾਂਗੇ ਆਪਾਂ ਥੋੜ੍ਹਾ ਚਿਰ, 5-4 ਮਿੰਟ, ਅਤੇ ਉਸ ਤੋਂ ਬਾਅਦ ਆਪਾਂ ਪਨੀਰ ਪਾਵਾਂਗੇ, ਕਿਉਂਕਿ ਪਨੀਰ ਤਾਂ ਜਲਦੀ ਖੁਰ ਜਾਂਦਾ। ਅਤੇ ਛੋਲੀਆ ਥੋੜ੍ਹਾ ਜਿਹਾ 5-4 ਮਿੰਟ ਆਪਾਂ ਰਿੰਨ ਲੈਂਦੇ ਹਾਂ ਚੰਗੀ ਤਰ੍ਹਾਂ। ਲਓ ਜੀ ਆਪਾਂ ਸਬਜ਼ੀ ਦੇਖ ਲੈਂਦੇ ਹਾਂ, ਹੁਣ ਆਪਣਾ ਛੋਲੀਆ ਪੱਕ ਗਿਆ ਕਿ ਨਹੀਂ। 10 ਮਿੰਟ ਹੋ ਗਿਆ, ਦੇਖੋ ਮੈਂ ਇਹਨੂੰ ਇੱਕ ਨੂੰ ਭੰਨ ਕੇ ਦੇਖ ਲਿਆ ਅਤੇ ਛੋਲੀ ਆਪਣਾ ਬਿਲਕੁਲ ਪੱਕ ਚੁੱਕਿਆ। ਤਰੀ ਵੀ ਦੇਖੋ ਪਾਣੀ ਵੀ ਘੱਟ ਗਿਆ ਇਹਦੇ ਵਿੱਚ, ਮੱਚ ਗਿਆ ਚੰਗੀ ਤਰ੍ਹਾਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਿਕਸ ਪਨੀਰ। ਲਓ ਜੀ ਪਨੀਰ ਪਾ ਦਿੰਦੇ ਹਾਂ ਹੁਣ ਆਪਾਂ। ਪਨੀਰ ਪਾ ਕੇ ਵੀ ਆਪਾਂ ਇਹਨੂੰ 2 ਮਿੰਟ ਸੇਕ ਲਵਾਵਾਂਗੇ, 2-3 ਮਿੰਟ ਹੀ ਲਵਾਵਾਂਗੇ। ਦੇਖੋ ਤੁਸੀਂ ਗ੍ਰੇਵੀ ਇਹਦੀ ਪਤਲੀ ਕਰਨਾ ਚਾਹੁੰਦੇ ਹੋ ਤਾਂ ਪਾਣੀ ਪਾ ਦਿਓ ਥੋੜ੍ਹਾ ਜਿਹਾ ਹੋਰ, ਅਤੇ ਜੇ ਤੁਸੀਂ ਇਸ ਤਰ੍ਹਾਂ ਹੀ ਰੱਖਣੀ ਚਾਹੁੰਦੇ ਹੋ ਗਾੜੀ ਤਾਂ ਇਹ ਵੀ ਠੀਕ ਹੈ ਜੀ, ਜਿਵੇਂ ਤੁਹਾਨੂੰ ਵਧੀਆ ਲੱਗੇ। ਆਪਾਂ ਇਹਨੂੰ 2 ਕੁ ਮਿੰਟ ਹੋਰ ਸੇਕ ਲਵਾ ਲੈਂਦੇ ਹਾਂ। ਲਓ ਜੀ 2 ਮਿੰਟ ਹੋ ਗਿਆ, ਹੁਣ ਆਪਾਂ ਇਹ 'ਚ ਥੋੜ੍ਹਾ ਜਿਹਾ ਗਰਮ ਮਸਾਲਾ ਪਾ ਦਿੰਦੇ 1/2 ਚਮਚਾ। ਪਨੀਰ ਅਤੇ ਛੋਲੀ ਦੀ ਸਬਜ਼ੀ ਬਣ ਗਈ ਆ, ਪੂਰੀ ਦੇਖੋ ਕਿੰਨੀ ਵਧੀਆ ਬਣੀ ਆ, ਚੁੱਲ੍ਹੇ 'ਤੇ ਤਾਂ ਵੈਸੇ ਹੀ ਵਧੀਆ ਬਣਦੀ ਇਹ। ਲਓ ਜੀ ਸਬਜ਼ੀ ਬਣ ਗਈ ਆਪਣੀ, ਨੀਚੇ ਤਾਰ ਲਈ ਕੜਾਹੀ। ਧਨੀਆ ਪਾ ਦੇਣਾ ਜਿਹੜਾ ਆਪਾਂ ਕੱਟ ਕੇ ਰੱਖਿਆ ਸੀ ਬਰੀਕ। ਚਲੋ ਜੀ ਠੀਕ ਆ, ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ, ਲਾਈਕ ਅਤੇ ਸ਼ੇਅਰ ਕਰਦਿਆ ਕਰੋ। ਵੀਡੀਓ ਦੇਖਣ ਲੱਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ।